ਐਸਪੀ ਰੂਰਲ ਸ਼੍ਰੀ ਨਵਰੀਤ ਵਿਰਕ ਡੀਐਸਪੀ ਜ਼ੀਰਖਪੁਰ ਬਿਕਰਮ ਬਰਾੜ ਅਤੇ ਡੀਐਸਪੀ ਸਿਟੀ 1 ਦੀ ਮਿਹਨਤ ਦੀ ਸਦਕਾ ਤੇ ਇਹਨਾਂ ਦੀ ਟੀਮ ਦੀ ਮਿਹਨਤ ਦੇ ਸਦਕਾ ਇੱਕ ਵੱਡਾ ਗਿਰੋਹ ਜਿਹੜਾ ਕਿ ਵਹੀਕਲਜ਼ ਨੂੰ ਜਿਹੜਾ ਹੈਗਾ ਚੋਰੀ ਕਰਦਾ ਸੀਗਾ ਉਹ ਉਹਦਾ ਪਰਦਾਫਾਸ਼ ਹੋਇਆ ਇਹਦੇ ਵਿੱਚ ਹੁਣ ਤੱਕ ਅਸੀਂ ਦੋ ਲੋਕਾਂ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੋਈਆਂ ਹੈ ਜਿਰਨ ਨੇ ਜਿਹਦੇ ਨਾਲ ਕਿ ਸਾਡੇ 11 ਵਹੀਕਲ ਜਿਹੜੇ ਹੈਗੇ ਸਾਡੇ ਏਰੀਆ ਦੇ ਵਿੱਚੋਂ ਜਿਹੜੇ ਲਗਜ਼ਰੀ ਵਹੀਕਲ ਜਿਹੜੇ ਚੋਰੀ ਹੋਏ ਸੀ ਉਹ ਟ੍ਰੇਸ ਹੋ ਗਏ ਨੇ ਇਹ ਸਾਰੇ ਦੀ ਸਾਰੀ ਜਿਹੜੀ ਗੱਡੀਆਂ ਹੈਗੀਆਂ ਨੇ ਇਹ ਹੁੰਡੇ ਗੱਡੀਆਂ ਹੁੰਡੇ ਮਾਰਕਾ ਗੱਡੀਆਂ ਹੈਗੀਆਂ ਨੇ ਤੇ ਇਹਨਾਂ ਗੱਡੀਆਂ ਦੇ ਵਿੱਚ ਇਹਨਾਂ ਦੇ ਪਾਸ ਇੱਕ ਜਿਹੜਾ ਇੱਕ ਅਕਿਊਜ਼ਡ ਹੈਗਾ ਅਕੀਲ ਉਹਦੇ ਪਾਸ ਐਸਾ ਸੌਫਟਵੇਅਰ ਸੀਗਾ ਔਰ ਅਸੀਂ ਅਸੀਂ ਡਿਵਾਈਸੇਸ ਹੈਗੀਆਂ ਜਿਹਦੇ ਨਾਲ ਕਿ ਉਹ ਇਹਨਾਂ ਗੱਡੀਆਂ ਦੀਆਂ ਨਕਲੀ ਚਾਬੀਆਂ ਕ੍ਰੀਏਟ ਕਰਨ ਚ ਕਾਮਯਾਬ ਹੋ ਜਾਂਦੇ ਨੇ ਕਿਉਂਕਿ ਇਹ ਸਾਰੀਆਂ ਜਿਹੜੀਆਂ ਗੱਡੀਆਂ ਹੈਗੀਆਂ ਇਹ ਪੁਸ਼ ਬਟਨ ਸਟਾਰਟ ਹੁੰਦੀਆਂ ਹੈਗੀਆਂ ਨੇ ਇਹਨਾਂ ਦੇ ਵਿੱਚ ਇੱਕ ਸੈਂਸਰ ਲੱਗਿਆ ਹੁੰਦਾ ਜਿਹੜਾ ਜਿਹੜਾ ਗੱਡੀ ਨੂੰ ਸਟਾਰਟ ਕਰਨ ਦੇ ਵਿੱਚ ਹੈਲਪ ਕਰਦਾ ਹੈ ਤੇ ਉਹ ਸਾਰੇ ਜਿਹੜੇ ਇਹ ਲਗਭਗ 10 ਤੋਂ 15 ਮਿੰਟ ਦੇ ਵਿੱਚ ਹੀ ਇਹ ਉਹ ਗੱਡੀ ਦਾ ਸੈਂਸਰ ਜਿਹੜਾ ਹੈਗਾ ਉਹਦੇ ਉਹਦਾ ਇੱਕ ਪੈਰਲ ਕੀ ਕ੍ਰੀਏਟ ਕਰਨ ਚ ਕਾਮਯਾਬ ਹੋ ਜਾਂਦਾ ਸੀਗਾ ਇੱਥੇ ਦੱਸਣ ਯੋਗ ਗੱਲ ਹੈਗੀ ਵੀ ਜਿਹੜਾ ਇਹ ਲੜਕਾ ਅਕੀਲ ਹੈਗਾ ਇਹ ਪਹਿਲੇ ਵੀ ਇਹ ਇੱਕ ਇੰਜੀਨੀਅਰਿੰਗ ਦਾ ਸਟੂਡੈਂਟ ਰਿਹਾ ਹੈ ਇਹਨੇ ਇੰਜੀਨੀਅਰਿੰਗ ਕੀਤੀ ਹੋਈ ਹੈ ਜਿਸ ਕਰਕੇ ਕਿ ਇਹਨੂੰ ਇਹ ਸਭ ਗੱਡੀਆਂ ਦੀਆਂ ਪੈਰਲ ਕੀਜ਼ ਬਣਾਉਣੀਆਂ ਆਂਦੀਆਂ ਨੇ ਤੇ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਸਾਡੇ ਪਾਸ 11 ਗੱਡੀਆਂ ਜਿਹੜੀਆਂ ਸਾਡੇ ਏਰੀਆ ਦੇ ਵਿੱਚੋਂ ਚੋਰੀਆਂ ਹੋਈਆਂ ਸਨ ਤੇ ਕੁਝ ਦਿੱਲੀ ਅਤੇ ਹੋਰ ਥਾਵਾਂ ਤੋਂ ਚੋਰੀਆਂ ਹੋਈਆਂ ਹਨ ਉਹਨਾਂ ਬਾਰੇ ਇਹਨਾਂ ਨੇ ਸਾਡੇ ਕੋਲ ਇਨਕਸ਼ਾਫ ਕੀਤਾ ਵੀ ਇਹਨਾਂ ਨੇ ਚੋਰੀ ਕੀਤੀਆਂ ਸੀ ਜਿਨ੍ਹਾਂ ਵਿੱਚੋਂ 6 ਗੱਡੀਆਂ ਹੁਣ ਤੱਕ ਅਸੀਂ ਰਿਕਵਰ ਕਰ ਚੁੱਕੇ ਹਾਂ ਤੇ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਸਾਨੂੰ ਹੋਰ ਵੀ ਕਾਫੀ ਗੱਡੀਆਂ ਜਿਹੜੀਆਂ ਹੈਗੀਆਂ ਉਹ ਰਿਕਵਰ ਹੋਣਗੀਆਂ ਇਹਨਾਂ ਦੀ ਪੁਰਾਣੀ ਕ੍ਰਿਮਿਨਲ ਹਿਸਟਰੀ ਵੀ ਹੈ ਇਹ ਪਹਿਲੇ ਵੀ ਇਹ ਚੋਰੀਆਂ ਦੇ ਵਿੱਚ ਇਨਵੋਲਡ ਰਹੇ ਹਨ ਤੇ ਸਾਡੇ ਸਾਨੂੰ ਉਮੀਦ ਹੈ ਵੀ ਇਹਨਾਂ ਦੀ ਰਿਮਾਂਡ ਲੈ ਕੇ ਸਾਨੂੰ ਹੋਰ ਵੀ ਇਹਨਾਂ ਦੇ ਜਿਹੜੇ ਸਾਥੀ ਨੇ ਉਹਦੇ ਬਾਰੇ ਸਾਨੂੰ ਪਤਾ ਲ